ਸਾਰਿਆਂ ਨੂੰ ਕਿਵੇਂ ਆ ਸਾਰੇ? ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਫਰੈਂਡਸ, ਅੱਜ ਦਾ ਵਲੋਗ ਅਸੀਂ ਵਿਆਹਾਂ ਦੇ ਘਰ ਤੋਂ ਸਟਾਰਟ ਕਰ ਰਹੇ ਹਾਂ, ਕਿਉਂਕਿ ਅਸੀਂ ਘਰ ਤੋਂ ਹੋ ਗਏ ਸੀ ਲੇਟ ਕਾਫੀ, ਅਤੇ ਅਸੀਂ ਨਾ ਕਾਫੀ ਲੇਟ ਹੋ ਗਏ ਸੀਗੇ। ਅਤੇ ਬਸ ਪਹਿਲਾਂ ਤਿਆਰ ਕਰਨ 'ਚ ਟਾਈਮ ਲੰਘ ਗਿਆ, ਅਤੇ ਫਿਰ ਤਿਆਰ ਹੋਣ 'ਚ ਟਾਈਮ ਸਾਰਾ ਇੱਦਾਂ ਹੀ ਲੰਘ ਗਿਆ। ਅਤੇ ਹੁਣ ਆਪਾਂ ਪਹੁੰਚ ਗਏ ਇੱਥੇ। ਬਸ ਇੱਕ ਚੀਜ਼ ਮਿਸ ਹੋ ਗਈ, ਨਾਨਕਿਆਂ ਦਾ ਸ਼ਾਇਦ ਨਾ ਉਹ ਮਿਸ ਹੋ ਗਿਆ। ਜੇ ਮੈਨੂੰ ਕਿਸੇ ਤੋਂ ਵੀਡੀਓ ਮਿਲੀ ਤਾਂ ਮੈਂ ਜ਼ਰੂਰ ਇਹਦੇ ਵਿੱਚ ਐਡਿਟ ਕਰੂੰਗੀ ਮਤਲਬ। ਅਤੇ ਬਾਕੀ ਹੁਣ ਆਪਾਂ ਇੰਜੋਏ ਕਰਦੇ ਹਾਂ ਵਿਆਹ, ਅਤੇ ਨਾਨਕਾ ਮੇਲ ਆ ਗਿਆ ਹੈ। ਅਤੇ ਹੁਣ ਬਸ ਖਾਣ ਪੀਣ ਦੇ ਉਹ ਤੋਂ ਬਾਅਦ ਫਿਰ ਆਪਣਾ ਨੱਚਣ ਦਾ ਨੁੱਚਣ ਦਾ ਬੋਲੀਆਂ ਦੇ ਮੁਕਾਬਲੇ ਸਟਾਰਟ ਨੇ। ਅਤੇ ਤੁਸੀਂ ਪਲੀਜ਼ ਸਟਾਰਟਿੰਗ ਤੋਂ ਲਾਸਟ ਤੱਕ ਜ਼ਰੂਰ ਬਣੇ ਰਹੋ। ਅਤੇ ਇਹ ਹੈ ਮੇਰੀ ਅੱਜ ਦੀ ਡਰੈਸ, ਪਾਕਿਸਤਾਨੀ ਚੁੰਨੀ ਬਣੀ। ਮੈਂ ਡਰੈਸ ਤਾਂ ਦਿਖਾ, ਸੋਰੀ ਸੂਟ, ਡਰੈਸ ਨਹੀਂ ਕਹਿੰਦੇ ਆਪਾਂ। ਇਹ ਹੈ ਮੇਰਾ ਸਿੰਪਲ ਗਿਆ ਸੂਟ, ਸਾਰੇ ਜਣੇ ਦੱਸਿਓ ਕਿਵੇਂ ਲੱਗਿਆ। ਅਤੇ ਇਹ ਹੈ ਸਿੰਮੀ ਤਿਆਰ ਹੋਈ ਵੀ, ਇਹਨੇ ਵੀ ਪਾਕਿਸਤਾਨੀ ਚੁੰਨੀ ਲਈ ਹੈ। ਅਤੇ ਮੈਂ ਤਾਂ ਇਹ ਮਿਸ ਪੰਜਾਬਣ ਬਣੀ ਹੋਈ ਹੈ। ਅਤੇ ਫਰੈਂਡਸ, ਬਾਕੀ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਵਿਆਹ ਦੀਆਂ ਰੌਣਕਾਂ, ਠੀਕ ਹੈ ਜੀ? ਅਤੇ ਮਿਲਦੇ ਹਾਂ ਫਿਰ ਆਪਾਂ ਹੁਣ ਬਾਹਰ। ਫਰੈਂਡਸ, ਇਹ ਕੁੜੀ ਰੱਜਣ ਚ ਨਹੀਂ, ਫਰੈਂਡਸ ਸ਼ੀ ਇਜ਼ ਵੈਰੀ ਹੰਗਰੀ। ਅਤੇ ਹੁਣ ਵਾਰੀ ਆ ਗਈ ਹੈ ਫਰੈਂਡਸ ਰੋਟੀ ਦੀ, ਅਤੇ ਇਸ ਲਈ ਚਲੋ ਪਹਿਲਾਂ ਰੋਟੀ ਖਾ ਲਈਏ ਨਾ, ਬਾਕੀ ਕੰਮ ਬਾਅਦ 'ਚ, ਪਹਿਲਾਂ ਆਪਣੀ ਭੁੱਖ ਸ਼ਾਂਤ ਕਰੀਏ। ਵੈਸੇ ਤਾਂ ਅਸੀਂ ਰੱਜੀ ਉਸ 'ਤੇ ਚਲੋ ਥੋੜ੍ਹੀ ਥੋੜ੍ਹੀ ਖਾ ਲੈਂਦੇ ਹਾਂ, ਹੁਣ ਇੰਨਾ ਅਰੇਂਜਮੈਂਟ ਵੀ ਕੀਤਾ ਹੋਇਆ, ਮੈਂ ਕਿਹਾ ਚਲੋ ਖਾ ਲਈਏ। ਅਤੇ ਅਸੀਂ ਇੱਕੋ ਪਲੇਟ ਲਈ ਸੀਗੀ ਫਰੈਂਡਸ, ਅਤੇ ਨਾ ਕਹਿੰਦੇ ਕਿ ਇੱਕ ਚੀਜ਼ ਖਾ ਲਓ ਕਿਉਂ ਫਾਲਤੂ ਲਵੇੜਨੀ ਹੈ ਨਾ, ਥੋੜ੍ਹੇ ਥੋੜ੍ਹੇ ਤਾਂ ਖਾਣੇ ਸੀਗੇ। ਅਤੇ ਉਸ ਤੋਂ ਬਾਅਦ ਅਸੀਂ ਪੀ ਕੌਫੀ, ਕਿਉਂਕਿ ਕੌਫੀ ਤੋਂ ਬਾਅਦ ਮਤਲਬ ਬਿਨਾਂ ਤਾਂ ਨਾ ਹਜ਼ਮ ਨਹੀਂ ਹੁੰਦੀ ਹੈਗੀ ਰੋਟੀ ਪਕੌੜੇ ਕੁਛ ਵੀ, ਅਤੇ ਇਸ ਕਰਕੇ ਚਲੋ ਕੌਫੀ ਪੀ ਲੈਂਦੇ ਪਹਿਲਾਂ। ਖਾਣ ਪੀਣ ਦਾ ਪ੍ਰੋਗਰਾਮ ਚੱਲ ਗਿਆ ਹੈ, ਪਰ ਮੈਂ ਇਹ ਨਹੀਂ ਲਈ ਟਿੱਕੀ, ਕਿਉਂਕਿ ਮੈਨੂੰ ਨਾ ਜ਼ਿਆਦਾ ਟੇਸਟੀ ਨਹੀਂ ਲੱਗਦੀ ਹੈਗੀ, ਇਹ ਮਿੱਠਾ ਮਿੱਠਾ ਬਹੁਤ ਹੁੰਦਾ ਹੈ। ਪਰ ਇਹ ਦੋਨੋਂ ਹੈ ਜੋ ਕੋਈ ਵੀ ਆਈਟਮ ਨਹੀਂ ਛੱਡਦੀਆਂ, ਅੰਮ੍ਰਿਤ ਪਹਿਲੀ ਆਈਟਮ ਸਿੰਮੀ। ਅਤੇ ਬਸ ਹੁਣ ਸਟਾਰਟ ਹੋ ਗਿਆ ਕੰਮ। ਨਹੀਂ ਨਹੀਂ ਟੇਸਟ ਨਹੀਂ, ਮੈਂ ਬਸ ਇੱਕ ਪਲੇਟ ਖਾ ਲਾਂਗੀ, ਟੇਸਟ ਨਹੀਂ ਕਰਨੀ ਹੈਗੀ। ਅਤੇ ਫਰੈਂਡਸ, ਹੁਣ ਬਸ ਨਾਲ ਦੀ ਨਾਲ ਖਾਣ ਦਾ ਪ੍ਰੋਗਰਾਮ ਚੱਲ ਰਿਹਾ, ਅਤੇ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਵਿਆਹ ਦੀਆਂ ਰੌਣਕਾਂ, ਅਤੇ ਆ ਰਹੇ ਨੇ ਗੈਸਟ ਹੌਲੀ ਹੌਲੀ। ਕੰਮ ਲੈ ਚਾਲੂ ਹੀ ਆ, ਅਤੇ ਦੇਖੋ ਦੀਦੀ ਕਰੇ ਸੀਗੇ, ਨਹੀਂ ਨਹੀਂ ਖੜ੍ਹਦਾ ਚੱਲ। ਓ ਕਿਹਦੇ ਦਾ ਨੀ, ਚਲੋ ਕੋਈ ਨਹੀਂ, ਮੈਂ ਵੀ ਖਾਂਦੀ ਹਾਂ ਥੋੜ੍ਹਾ ਜਿਹਾ, ਪਹਿਲਾਂ ਲੈ ਅੰਦਰ ਹੋ ਜਾਣ ਥੱਲੇ ਨੂੰ। ਨੋਨ ਸਟੋਪ ਕੰਮ ਚਾਲੂ ਹੋ ਗਿਆ ਹੁਣ ਦੀਦੀ ਦਾ ਵੀ। ਅਤੇ ਸਿੰਮੀ ਨੂੰ ਬਹੁਤ ਟੰਗ ਆ, ਬਹੁਤ ਜ਼ਿਆਦਾ ਟੰਗ ਆ, ਦੇਖੋ ਫਟਾਫਟ ਲੱਗ ਗਈ ਸਰੂਕਨ। ਸਿੰਮੀ ਥੈਂਕਸ ਅ ਲੋਟ ਸਿਸਟਰ ਫੋਰ ਸਰਵਿੰਗ ਅਸ। ਪਾਦੇ ਪਾਦੇ ਭੁੱਖੜਾ ਖਾਣ ਲੱਗੀ, ਫਰਾਈ ਮੈਂ ਬਾਅਦ ਚੋਂ ਕਰ ਦੂੰਗੀ ਐਡਿਟ, ਇਹ ਨਹੀਂ ਕਰਦੀ। ਅੰਮ੍ਰਿਤ ਪਾ ਲਾ, ਪਾ ਅੰਮ੍ਰਿਤ। ਮੰਮੀ ਦੇ ਉਂਗਲੀਆਂ ਨਾਲ ਤਾਰੀ ਜਾਂਦੀ ਉੱਥੋਂ ਚੱਕ। ਕਿਹਾ ਸੀ ਬਸ ਇਹਨਾਂ ਦਾ ਕੰਮ ਚਾਲੂ ਹੋ ਗਿਆ। ਮੈਂ ਦੀਦੀ ਦੀ ਬਣਾ ਰਹੀ ਹਾਂ, ਦੀਦੀ ਦੀਦੀ ਅਤੇ ਫਰੈਂਡਸ, ਆਪਣੇ ਪ੍ਰਾਹੁਣੇ ਆ ਗਏ ਨੇ, ਮਤਲਬ ਆ ਰਹੇ ਨੇ, ਅਤੇ ਬਸ ਹੁਣ ਥੋੜ੍ਹੇ ਟਾਈਮ ਤੱਕ ਲੱਗੂਗਾ ਬਟਣਾ, ਅਤੇ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਾਰਾ ਬਟਣਾ। ਪਰ ਇੱਧਰ ਹਜੇ ਫੋਟੋ ਸ਼ੂਟ ਚੱਲ ਰਿਹਾ ਹੈ, ਸਾਰੇ ਜਣ ਬਸ ਫੋਟੋਆਂ ਦੀ ਰਹਿੰਦੀ ਹੈ। ਅਤੇ ਉਸ ਤੋਂ ਬਾਅਦ ਆਏ ਅਸੀਂ ਗੋਲ ਗੱਪੇ ਖਾਣ, ਸਾਡੇ ਫੇਵਰੇਟ, ਕਿਉਂਕਿ ਗੋਲ ਗੱਪਿਆਂ ਬਿਨਾਂ ਤਾਂ ਨਾ ਕੋਈ ਵੀ ਵਿਆਹ ਕੰਪਲੀਟ ਨਹੀਂ ਲੱਗਦਾ ਹੈਗਾ। ਇਸ ਕਰਕੇ ਚਲੋ ਹੁਣ ਆਪਾਂ ਗੋਲ ਗੱਪੇ ਖਾਂਦੇ ਹਾਂ, ਅਤੇ ਨਾਲੇ ਹਜ਼ਮ ਜਿਹਾ ਕਰਦੇ ਹਾਂ। ਖਾਧਾ ਪੀਤਾ ਹੋਇਆ ਗੋਲ ਗੱਪੇ ਵੀ ਬਹੁਤ ਜ਼ਿਆਦਾ ਟੇਸਟੀ ਸੀਗੇ। ਅਤੇ ਹੁਣ ਆ ਗਈ ਹੈ ਬਟਣੇ ਦੀ ਵਾਰੀ, ਅਤੇ ਇਹ ਨਾ ਰੰਗੋਲੀ ਬਣਾਈ ਸੀਗੀ, ਅਤੇ ਤੁਹਾਨੂੰ ਰੰਗੋਲੀ ਵੀ ਦਿਖਾ ਦਿੰਦੇ ਹਾਂ। ਅਤੇ ਇਹ ਹੈ ਨਾ ਪੂਰਾ ਮਤਲਬ ਪਿੱਛੋਂ ਬੈਕ ਤੋਂ ਲੋਕੇਸ਼ਨ ਬਹੁਤ ਵਧੀਆ ਰੈਡੀ ਕੀਤੀ ਹੋਈ ਹੈ, ਅਤੇ ਹੁਣ ਬਸ ਬਟਣਾ ਲੱਗੂਗਾ, ਅਤੇ ਤੁਹਾਨੂੰ ਸਾਰੀ ਬਟਣੇ ਦੀ ਵੀਡੀਓ ਵੀ ਸ਼ੇਅਰ ਕਰਦੇ ਹਾਂ। ਸਾਰੇ ਜਣੇ ਪਲੀਜ਼ ਲਾਸਟ ਤੱਕ ਬਣੇ ਰਹੋ। ਉੱਪਰ ਬਹਿ ਗਿਆ।
फ्रेंड्स हुण आ गई सी डिनर दी वारी ते मैं नहीं किता ते मम्मी ते दोनों सिस्टर्स ये डिनर करन लग गया। मैनू तां बिल्कुल भी भुख नहीं सीगी। किद्दां वी मनिंदर खादा वी ते फुल किन्ना क ते असी आ गए घर। तो टाइम हो गया अपने पौने दस हो गए ने ते बहुत ज़्यादा थक गए सीगे इस के चलो हूँ घर आराम कर दें क्योंकि सवेरे ना जल्दी दे उठे हुए हैं। तो बस हूँ घर आ गए अपना खा पी के इंजॉय करके। तो जरूर दस्यो थानू किदां दा लग्या व्लॉग जागो नाइट। तो जरूर कमेंट शेयर जरूर करो तो कमेंट करो सोहने सोहने जी। तो व्लॉग नू प्लीज़ शेयर जरूर कर दिया करो जी। तो इदा ही अपनी सपोर्ट बना के रखियो। मिलेंगे हम आप अगले नैक्सट व्लॉग जोड़ा होगा कलू विह गैप आ एक दिन का कलू जानी हैगी तो मुंडे का विह है कलू जानी हैगी परसों जन चढ़नी है। तो हम मिलते अपने नैक्सट व्लॉग सत श्री अकाल जी।